Hello, guys. Assalamu alaikum. आप सब खैरियत से होंगे। आज वीडियो शुरू करने लगा हूँ। जो निकला था इनको छोटे छोटे चीज़ों को, जो ना मैंने मूलियाँ लाया था कश करके, तो ये इनको चीज़ों को खिलाई हैं। फिर ये सारी फौज ही मेरे पास आ गई, तो फिर मैंने मूलियों को पत्ते जो है ना जो इनको डाले हैं, तो ऐसे है जैसे पता नहीं ऊधम बचा हुआ है। अरे हाँ भाई, आपका क्या हाल है भाई? आप ये कुछ बीमार थी तो मैंने अंदर बंद किया हुआ है। हाँ भाई, डॉक्टर क्या हाल है भाई आपके? ये आपका देखा, ये शरारते करता है, जिसको ऐसे पीछे डालता है ना वो उसको खुद कुतार के निकालता है ये। उम्मीद है मेरी वीडियो आपको पसंद आएगी। जिस किसी ने मेरे चैनल सुचा सौदा ब्लॉग को अभी तक सब्सक्राइब नहीं किया वो सब्सक्राइब कर दे, मेरी वीडियो को लाइक करें, शेयर करें, आपका बहुत बहुत शुक्रिया। ये देखें जी, ये मेरी मुर्गियाँ हैं, कुछ बीमारी से अभी अभी बाद या कहते सेहत याब हुई हैं। अल्लाह ताला इनको सेहतमंद ही रखे। बड़ा इन्होंने तंग किया था, वो पाँच सात जो है ना जी वो तो अल्लाह को प्यारी हो गई हैं, वो हमारा खाने को दिल नहीं करता, जो बस दवाई देते रहे लेकिन वो सेहत याब नहीं हुई। तो क्या करें, मजबूरी है। होया कि ये वाकई बेचारा हवास भागता होया पठाने की साइकिल भी सानू साइकिल पूरे पिंड फड़ फड़ो की। एक दिन गया शिकार के नाल, आ बड़ी गल शिकार से गया ना, तो कहें चढ़ना है मैं यार दोस्त नहीं मैं नाल पाल मैं फिर हसना नहीं जे जो तुम हसे ना तो फिर काम गुआच जाने हंसते नहीं हसते नहीं मैं खोखे कटे ਮੋਦੇ ਸਾਹਮਣੇ ਮੈਂ ਕਿਹਾ ਤੁਸੀਂ ਯਾਰ ਪਾਸੇ ਹੋ ਜਾਓ, ਮੈਨੇ ਕਿਹਾ ਮੈਂ ਤਾਂ ਗੱਲ ਕਰਨੀ ਹੈ ਬਾਤ ਕਰਨਾ ਮੈਂ ਤਾਂ ਕਰ ਲਵਾਂ ਪਾ ਲਓ ਛੋਟੇ ਜਿਹੇ ਕੜਾ ਕਰਕੇ ਗੱਲ ਕੀਤੀ ਨਾ ਤੇ ਵੇਖੀ ਆਉਂਦਾ ਕੀ ਗੱਲ ਕਰ। ਮੈਂ ਕਿਹਾ ਤੂੰ ਚੁਗਲੀਆਂ ਕਰਨਾ ਸਾਡੀਆਂ ਬਾਤ ਆਂਦਾ ਖਾਨ ਸਾਹਿਬ ਹਰ ਗੱਲ ਦਾ ਕੁੱਟਿਆ ਹੁੰਦਾ ਇਹ ਕਿਹੜਾ ਲੇਕਿਨ ਤੂੰ ਗੱਲ ਕਰ ਇਹ ਕਿਹੜਾ ਵਕਤ ਦੀ ਹੋ ਜੀ ਗੱਲ ਕਰ ਕੀ ਲੋੜ ਤੁਹਾਡੀ ਬਣਾਈ ਤੂੰ। ਮੈਂ ਕਿਹਾ ਇੱਕ ਵਜੇ ਨਾ ਬੋਲਿਆ, ਮੈਂ ਕਿਹਾ ਚੁੱਪ ਕਰ ਜਾਓ ਮੈਨੂੰ ਛੱਡ ਕੇ ਤੈਨੂੰ ਮੈਂ ਥੁੱਕ ਦੇਣਾ ਪਿਆ। ਮੈਂ ਇਹਨੇ ਬੜਾ ਬਗੈਰਤ ਆਦਮੀ ਹੈ, ਸਾਡੀਆਂ ਬਾਹਰ ਜਾ ਕੇ ਮੈਂ ਚੁੱਪੀਆਂ ਕਰਦਾ ਨਾਲੇ ਸਾਡੇ ਕੋਲ ਖਾਂਦਾ ਪੀਂਦਾ ਸੀਰੀਅਸ ਹੋ ਗਿਆ। ਅਤੇ ਮੈਂ ਕਿਹਾ ਇਹ ਬੜਾ ਹਰਾਮਜ਼ਦਗੀ ਵਾਲਾ ਕੰਮ ਕਰਦਾ, ਮੈਂ ਅਜੇ ਦੀ ਲੱਤ ਪੈਰ ਮਾਰ ਨਹੀਂ ਮਾਰਦਾ। ਉਹ ਜਨਾਬ ਫੇਰ ਮਾਰ ਨਹੀਂ ਮਾਰ ਮੈਂ ਟਰੈਕਰ ਚਾੜ ਕੇ ਨਾ ਤੇ ਸਾਹਮਣੇ ਬੇਟਾ ਅੱਖਾਂ ਖੱਟੀਆਂ ਹੁੰਦੀਆਂ ਜਾਣ ਵੱਟ ਕੇ ਉੱਥੇ ਖਲੋਤਾ ਸੀ। ਮੈਂ ਉਹ ਚਾੜ ਕੇ ਮੈਂ ਕਿਹਾ ਟਨ ਚੱਲਾ ਮੁੱਖਾਂ ਦੇ ਵਿੱਚ ਪਾਇਆ ਸੀ ਉਹ ਮੈਂ ਟਨ ਕੇ ਤੇ ਵੱਡੋ ਪਰਲੇ ਪਾਸੇ ਉਹ ਮੈਂ ਕਿਹਾ ਮਰੇ ਕੱਖ ਨਹੀਂ ਉਹ ਖੋਖਾ ਹੀ ਕਾਰ ਸੁਣਦਾ ਤੇ ਅੱਜ ਲੰਮੇ ਵਿਆਹ ਮੈਂ ਪੈਰ ਬਚਾ ਇੱਕ ਹੋਰ ਬੜੀ ਅਸਲੀ ਗੱਲ ਸੁਣਾਵਾਂ। ਘੁੱਗੀਆਂ ਮਾਰੀਆਂ ਤੇ ਇੱਕ ਘੁੱਗੀ ਨਾ ਪਰਾਂ ਜਾ ਕੇ ਤੇ ਡਿੱਗ ਪਈ ਤੇ ਉਹਨੂੰ ਫੋਲਣ ਲੱਗੇ ਤੇ ਉਹਨੂੰ ਅਸੀਂ ਸਿਬਾ ਕਰ ਰਹੇ ਤੇ ਉਹਨੂੰ ਸ਼ਰਾ ਸ਼ੁਰਾ ਕੋਈ ਵੀ ਨਾ ਲੱਭਾ ਕਿਤੇ ਵੱਜਾ ਗਾ ਖੁਫੀਆ ਆਂਦਾ ਉਹ ਖਾਨ ਸਾਹਿਬ ਮੈਂ ਬੜਾ ਪਰੇਸ਼ਾਨ ਮੈਂ ਕੀ ਹੋਇਆ ਕਹਿੰਦਾ ਬਾਕੀਆਂ ਤੇ ਫੈਰਨਾਂ ਟਿੱਕੀਆਂ ਜੀ ਹੈਰਾਨ ਹੋ ਕੇ ਡਿੱਗ ਪਈ ਕਹਿੰਦਾ ਇਹਨੂੰ ਕਾਰਤੂਸ ਵੀ ਕੋਈ ਨਹੀਂ ਵਜਾ ਤੇ ਡਿੱਗ ਪਈ ਕਹਿੰਦਾ ਦੇਖੋ ਤਾਂ ਸਹੀ ਕਹਿੰਦਾ ਦੂਜਿਆਂ ਨੂੰ ਵੇਖ ਕੇ ਪਰੇਸ਼ਾਨ ਹੋ ਗਈ ਤੇ ਡਿੱਗ ਪਈ। ਅੱਛਾ ਹੋਰ ਗੱਲ ਸੁਣਨਾ ਛੱਡ ਦੇ ਕੁਛ ਅਸੀਂ ਆ ਰਹੇ ਹਾਂ ਤੇ ਥੱਕਿਆ ਟੁੱਟਿਆ ਸਾਨੂੰ ਸਾਰਾ ਦੋਸਤਾਂ ਨੂੰ ਪਤਾ ਹੁੰਦਾ ਸੀ ਵੀ ਉਹਦੀ ਕੀ ਪੋਜੀਸ਼ਨ ਬਣੀ ਖਾਲੇ ਟਪਾ ਟਪਾ ਕੇ ਵੱਗੀਆਂ ਚਾੜੀਆਂ ਤੇ ਅਸੀਂ ਕਿਹਾ ਲੈ ਵੀ ਹੁਣ ਅਸੀਂ ਮਾੜਾ ਜਿਹਾ ਇਸ਼ਾਰਾ ਕਰਨਾ ਵੀ ਯਾਰ ਨਹਿਰ ਦੀ ਪਟੜੀ ਆ ਗਈ ਘਾਹ ਸ਼ਾਹ ਵਾਹਵਾ ਲੱਗਿਆ ਇੱਥੇ ਬਹਿ ਕੇ ਨਾ ਮੂਲੀਆਂ ਛੂਲੀਆਂ ਖਾਈਏ ਤੇ ਨਾਲੇ ਕੋਈ ਗਾਣਾ ਸੁਣੀਏ ਸਾਡੇ ਕੋਲ। ਉਹਨੇ ਕਿਹਾ ਜਦੋਂ ਇਹ ਗਾਣਾ ਸ਼ੁਰੂ ਕਰੇ ਨਾ ਪੈਰਾਂ ਭਰ ਬਹਿ ਗਏ ਤੇ ਕੰਮ ਕਰ ਕੁਛ ਬਹਿ ਜਾਣਾ ਥੱਕਿਆ ਨਾ ਜਦੋਂ ਗਾਣਾ ਸ਼ੁਰੂ ਕਰੇ ਨਾ ਤੇ ਉੱਠ ਕੇ ਇੱਕ ਵਿੱਚ ਬੋਲੇ ਯਾਰ ਲੇਟ ਹੋਣ ਡਿਆ ਤੂੰ ਤੁਸੀਂ ਕਿਹੜੇ ਕੰਮੇ ਲੱਗ ਪਏ ਕਹਿੰਦੇ ਦਾ ਹਾਲ ਵੇਖਣਾ ਹੋਣਾ ਬੜਾ ਸੀ ਤੁਸੀਂ ਅਸੀਂ ਕਿਹਾ ਚਲੋ ਠੀਕ ਹੈ ਆਏ ਜੇ ਤੁਰਦੇ ਤੁਰਦੇ ਆ ਗਏ ਵਿੱਚੋਂ ਬੋਲਿਆ ਕਹਿੰਦਾ ਉਹ ਥੱਕ ਗਏ ਉਹ ਮੂਲੀਆਂ ਖਾ ਲਈਏ ਬਹਿ ਕੇ ਘੜੀ ਦਾ ਕਰ ਲਈਏ
ਨਾਲੇ ਯਾਰ ਸਾਖੀ ਤੈਨੂੰ ਗਾਣਾ ਸੁਣ ਲਈ ਅਸੀਂ ਅਜੇ ਬੈਠੇ ਤੋਂ ਘੁੜਮ ਕਰਕੇ ਬਹਿ ਗਏ ਹੁਣ ਅੱਗੇ ਆਸਰਾ ਭਰ ਲਿਆ ਤੇ ਉਹ ਅਸੀਂ ਕਿਹਾ ਚੱਲ ਸਾਖੀ ਕੋਈ ਗਾਣਾ ਸੁਣਾ ਤੇ ਗਾਣਾ ਕਿਹੜਾ ਸ਼ੁਰੂ ਕੀਤਾ ਯੂੰ ਹਸਰਤ ਹੋ ਕੇ ਦਾਗ ਲਤਾ ਦਾ ਬੜਾ ਬਖੈਰ ਚ ਬੰਦਾ ਨਾ ਤੁਹਾਡਾ ਕੰਮ ਇੱਕ ਦਿਨ ਮੇਰ ਗੱਲ ਲੈ ਕੇ ਉਹਦਾ ਨਿਸ਼ਾਨਾ ਕਿਸੇ ਨੇ ਖਰਾਬ ਕਰਤਾ ਮੈਨੂੰ ਨਹੀਂ ਪਤਾ ਤਾਂ ਨਿਸ਼ਾਨਾ ਖਰਾਬ ਹੈ ਮੈਂ ਛੱਡੇ ਪਾਏ ਜੀ ਵਿੱਚ ਲੈ ਗਿਆ ਫਿਰ ਟੀਮ ਚੱਲ ਜਾਂਦੀ ਪੰਜ ਸੱਤ ਮਾਰ ਨਹੀਂ ਇਹ ਮੈਨੂੰ ਰਾਜ ਚੱਲ ਗਿਆ ਮੈਂ ਕਿਹਾ ਆ ਚੱਲੀਏ ਸ਼ਿਕਾਰ ਉਹਦੀ ਕੋਲੋਂ ਬੋਣਾ ਉਹਦੀ ਮੱਖੀ ਹੁੰਦੀ ਉਹ ਹਲਾਤ ਸੀ ਕਿਸ ਕੋਲ ਲੈ ਗਿਆ ਮੰਗ ਹਲਾਤ ਸੀ ਇਹਨੂੰ ਮੈਂ ਖਾ ਲਿਆ ਟਪਾ ਕੇ ਕਦੀ ਇੱਧਰ ਨੂੰ ਕਦੀ ਅਤੇ ਚਾਰ ਵਜੇ ਦੇ ਸਵੇਰ ਦੇ 8 ਵਜੇ ਦੇ ਗਏ ਅਤੇ ਕੋਈ ਸ਼ੈ ਵੀ ਨਾ ਆਈ ਅਤੇ ਮੈਂ ਕਿਹਾ ਚਲੋ ਹੁਣ ਵਾਪਸ ਚਲੀਏ ਮੈਂ ਕਿਹਾ ਪਤਾ ਨਹੀਂ ਯਾਰ ਕੀ ਵਜ੍ਹਾ ਦਿਖਦੀ ਕੋਈ ਸ਼ੈ ਨਹੀਂ ਪਈ ਨਿਸ਼ਾਨਾ ਖਰਾਬ ਹੋਇਆ ਤਾਂ ਜਲ ਅਤੇ ਮਰਿਆ ਵਿੱਚੋਂ ਅਤੇ ਚੁੱਪ ਕਰਕੇ ਲਗਾ ਗਲੀ 'ਚ ਮਜੂ ਆਣ ਕੇ ਮੁੜਨ ਲੱਗਾ ਨਾ ਆਪਣੀ ਗਲੀ 'ਚ ਆਉਣ ਲੱਗਾ ਕਹਿੰਦਾ ਖਾਨ ਸਾਹਿਬ ਚਲੇ ਤਾਂ ਤੁਸੀਂ ਆਇਆ ਪਰ ਇੱਕ ਗੱਲ ਸੁਣ ਕੇ ਮਰਿਆ ਬੇਚਾਰਾ ਦੋ ਚਾਰ ਦਿਨ ਬਾਅਦ ਆਉਂਦਾ ਰਾਸ਼ਨ ਕੇ ਘਰ ਕੇ ਮੋਰਿਆ ਦਾ ਘਰ ਸਾਡੇ ਦੋਸਤ ਸਾਰੇ ਉੱਥੇ ਨਾ ਜਾ ਕੇ ਉੱਥੇ ਅਸੀਂ ਲੰਮੇ ਪਏ ਹਾਂ ਕਹਿੰਦਾ ਯਾਰ ਸਾਡੇ ਘਰ ਦੇ ਕਿੱਥੇ ਗਏ ਨੇ ਅਤੇ ਸਾਰੇ ਮੇਰੇ ਘਰ ਆ ਗਏ ਮੈਂ ਵੀ ਚਲੇ ਗਿਆ ਹਰੂਣ ਸ਼ਾਹ ਵੀ ਚਲਾ ਗਿਆ ਮਾਟ ਜਾਲੀ ਵੀ ਆ ਗਿਆ ਅਤੇ ਇਹ ਬਾਟਲ ਵੀ ਆ ਗਿਆ ਰਾਸ਼ਨ ਦਾ ਮੁੰਡਾ ਆਸਨ ਦਾ ਭਰਾ ਅੱਛਾ ਉਹਨੇ ਪ੍ਰੋਗਰਾਮ ਬਣਾਇਆ ਆਂਦਾ ਯਾਰ ਤੁਸੀਂ ਜੇ ਬੋਲਣਾ ਉਹਨੇ ਸਿਰਾਣੇ ਨਾਲ ਬੰਨ ਦਿੱਤਾ ਉਹਦਾ ਮੰਜਾ ਸੀ ਦਾਣਿਆਂ ਦੇ ਡਰੰਮ ਦੇ ਕੋਲ ਕਰੂਕਰੇ ਨਾ ਦਾਣਿਆਂ ਦਾ ਡਰੰਮ ਕਿਹਾ ਸੀ ਉਹਨਾਂ ਦਾ ਉਹਦੇ ਕੋਲ ਸੀ ਮੰਜਾ ਕਹਿੰਦਾ ਯਾਰ ਮੈਂ ਰਾਮ ਲੈ ਨੂੰ ਨਾ ਡਰਾਉਣਾ ਵਾ ਅਤੇ ਦੂਰ ਕਿੰਨੇ ਮੈਂ ਤੁੰਗਾ ਲਾ ਦਿਆ ਫਿਰ ਅਸੀਂ ਪਏ ਸਾਰੇ ਗੱਲਾਂ ਗੁੱਲਾਂ ਕਰਦੇ ਰਹੇ ਅਤੇ ਉਹਨੇ ਸਵਾ ਕੇ 10 ਵਜੇ ਨਾ ਉਹ ਲੰਮੇ ਪੋ ਯਾਰ ਸਿੱਖ ਗਏ ਚਲੋ ਸੁਣ ਲੰਮੇ ਪਿਆ ਰਾਸ਼ਦ ਉਹ ਯਾਰ ਆ ਮੇਰਾ ਸਿਰਾਣਾ ਹੀ ਪਿਆ ਕੀ ਗੱਲ ਇਹ ਉਹ ਕਹਿੰਦਾ ਸੋ ਚੁੱਪ ਕਰਕੇ ਆ ਸਾਡਾ ਦਾਣਿਆਂ ਦਾ ਡਰੰਮ ਨਹੀਂ ਇੱਥੇ ਬਜ਼ੁਰਗ ਨਹੀਂ ਦੇ ਅਤੇ ਸਾਨੂੰ ਤਾਂ ਰੋਜ਼ ਹੀ ਇਸ਼ਰਾ ਹੁੰਦਾ ਵਾ ਅਤੇ ਗੱਲ ਬੜੀ ਸੁਣਨੀ ਹੁੰਦੀ ਕਹਿੰਦਾ ਸਾਨੂੰ ਰੋਜ਼ ਹੀ ਚੱਕਰ ਜਾਂਦੇ ਵਜੇ ਸੋਹਰਾ ਚੁੱਪ ਕਰਕੇ ਸਾਨੂੰ ਨਹੀਂ ਸੁਣਦੇ ਕਹਿੰਦਾ ਅੱਛਾ ਮੁਤਮੇ ਹੋ ਗਏ ਫਿਰ ਲੰਮਾ ਪੈ ਗਿਆ ਉਹਨੇ ਘੰਟੇ ਕੁ ਬਾਅਦ ਫਿਰ ਹਲਾਤ ਉਹ ਕਹਿੰਦਾ ਰਾਸ਼ਦ ਉਹ ਬੱਤੀ ਬਾਲ ਦਿਓ ਮੈਂ ਕਹਿੰਦਾ ਵਾਸਤਾ ਕੁਛ ਹੈ ਛੇੜੀ ਆਉਂਦੀ ਉਹ ਲੈ ਜਾਂਦੀ ਕੁਛ ਹੈ ਮੁੰਜੀ ਪੂਰੀ ਹੱਲ ਗਈ ਕਹਿੰਦਾ ਤੈਨੂੰ ਆਖਿਆ ਕੱਖ ਨਹੀਂ ਯਾਰ ਬਜ਼ੁਰਗ ਨੇ ਤੇ ਫਿਰ ਉਹ ਅੱਧੇ ਕੁ ਘੰਟੇ ਬਾਅਦ ਉਹਨੇ ਫਿਰ ਖੇਡੀ ਆਉਂਦਾ ਉਹ ਬੱਤੀ ਬਾਲੋ ਤੇ ਆਪ ਨੂੰ ਉੱਠ ਕੇ ਬਾਲੇ ਡਰਦਾ ਉੱਥੇ ਬੈਠਾ ਰਾਤ ਪਾਈ ਯਾਰ ਆਉਂਦਾ ਯਾਰ ਤੈਨੂੰ ਆਖਿਆ ਤੇ ਹੈਗਾ ਅੱਕਿਆ ਸੀ ਫੁੱਲ ਅਕਾਹ ਕਦੋਂ ਮੂੰਹ ਜੁੜ ਕੇ ਨਿਕਲਦੀ ਸੀ ਉਹ ਕਹਿੰਦਾ ਤੈਨੂੰ ਦੱਸਿਆ ਤੇ ਹੈਗਾ ਯਾਰ ਸ਼ੇਰ ਹਮਾਰੇ ਆਏ ਹੋਏ ਹੈ ਜੀ ਜੇਲਮ ਸੇ ਥੋੜਾ ਲੈ ਕਰ ਆਇਆ ਥਾ ਜੇ ਦੋਤਰੇ ਹੈ ਮੇਰੇ ਦੋਨੋਂ ਸ਼ੇਰ ਜੇ ਛੋਟਾ ਜੋ ਹੈ ਜ਼ਫਾ ਖਾਨ ਹੈ ਜੇ ਅਰਮ ਖਾਨ ਹੈ ਜਨਾਬ ਜੀ ਸ਼ਾਦੀ ਮੇ ਸ਼ਿਰਕਤ ਕੇ ਲੀਏ ਇਨਕੋ ਬੱਚੇ ਲੈ ਕਰ ਆਇਆ ਥਾ ਚਾਬੀ ਪਕੜੀ ਮਾਰ ਕੇ ਲੱਗਦਾ ਹੈ ਜੇ ਦੋਨੋਂ ਜੋੜੀ ਹੈ ਨਾ
ये चूचे मारती है, इन्होंने लगता है उसका जख्म कोई लगता लीक हुआ है, जैसे कहते नहीं उसमें रेशा था वो लीक हुआ, तो ये इन्होंने जनाब उसको चूचे मार मार के मार दिया। ना 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 छोड़ो, खाने दो उनको, खाने दो फिर डर जाते हैं ये, भी लगे रहने दो। दोस्तों जब कहीं शादी पे जाएं या किसी भी प्रोग्राम में शामिल